हाँ जी दोस्तों, जिमें अजक अपने पिंड लगातार चोरिया हो रही ने, अपन सारू पता है ये जेडे चोर ने यह किमें दिमाग लाते हैं, किमें यह दिन च आके भेत लेंगे ने, यह भीडियो दिखावे सारा कुछ। ये पिंड शेरगढ़ की भीडियो है, ये पिंड शेरगढ़ डिस्ट्रिक्ट संगरूर की भीडियो है। वीरे सारे गौर ना देखो भी जेडे ये ठग ने किमें किमें अपनी वारदात को अंजाम देंगे ने। ध्यान देखियो बई, तो शेयर भी करो, किसी का बचाव हो जूगा। ये तो बड़ी तगड़ी वारदात है बई, ये जी हुई है ये ध्यान देखो सारे। हाँ हाँ, ये खेतों चो ही हुई है, जिहड़े घर खेतों च ने, जिवें दूर ने, अलग अलग घर होंगे ने, उत्थे छेती इन्हां नूं मौका मिलता है ये कम करन दा। तो बई ये तो किसी कुदरती कैमरा लग्या होया सी, उत्थे सारी ही चीज़ रिकॉर्ड होगी भी वह बंदा किवें सारा सिस्टम करिया, उन्हें आके वो सारा कुछ रिकॉर्ड हो गया। तुसीं एंड तक देखो भी की कुछ होया। ਤੁਹਾਡੇ ਨਾਲ ਨਾ ਹੋ ਜੇ ਇਹੀ ਜੀ ਗੱਲਬਾਤ ਹੈ ਨਾ, ਤਾਂ ਵੀਡੀਓ ਬਾਈ ਬਣ ਕੇ ਜ਼ਰੂਰ ਦੇਖੋ, ਅਤੇ ਨਾਲੇ ਅੱਗੇ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤ ਮਿੱਤਰਾਂ ਨੂੰ, ਸਾਰਿਆਂ ਨੂੰ ਇਹਨੂੰ ਅੱਗੇ ਸ਼ੇਅਰ ਕਰੋ ਬਾਈ ਬਣ ਕੇ, ਤਾਂ ਜੋ ਇਹੀ ਜੀ ਜਿਹੜੀ ਘਟਨਾ ਕਿਸੇ ਹੋਰ ਨਾਲ ਨਾ ਹੋ ਸਕੇ, ਸਾਰੇ ਬੰਦੇ ਜਿਹੜੇ ਸਤਰਕ ਹੋ ਜਾਣ, ਤੁਹਾਡੇ ਰਿਸ਼ਤੇਦਾਰ ਨੇ ਚਾਹੇ ਤੁਹਾਡਾ ਕੋਈ ਹੋਰ ਵੀ ਰਿਲੇਟਿਵ ਹੈ, ਕੋਈ ਵੀ ਬੰਦਾ ਹੈ, ਪਤਾ ਲੱਗ ਸਕੇ ਵੀ ਇਹ ਗੱਲਾਂ ਕਿਵੇਂ ਕਿਵੇਂ ਹੁੰਦੀਆਂ ਨੇ। ਆਹ ਦੇਖੋ ਬਈ, ਹਾਲ ਤੱਕ ਇਹ ਸਾਰਾ ਕੁਛ ਨੋਰਮਲ ਚੱਲ ਰਿਹਾ, ਜਿਵੇਂ ਕਿ ਉਹ ਬੰਦਾ ਕੰਮ ਕਰ ਰਿਹਾ ਹੈ ਨਾ, ਵੀ ਜਿਵੇਂ ਨੋਰਮਲੀ ਆਪਾਂ ਘਰਾਂ 'ਚ ਕੰਮ ਕਰਦਾ ਸੀਗਾ, ਡੰਗਰਾਂ ਨੂੰ ਪਾਣੀ ਪੂਣੀ ਪਿਆ ਰਿਹਾ, ਅਤੇ ਬਾਕੀ ਬਈ ਅੱਜ ਕੱਲ੍ਹ ਤੂੰ ਲੈ ਲਾ ਵੀ ਹੁਣ ਸਾਰੇ ਕੰਮ ਧੰਦੇ ਦਿੰਦੇ ਨੇ ਵਿਚਾਰੇ, ਜਿਨ੍ਹਾਂ ਦੇ ਖੇਤਾਂ 'ਚ ਘਰਾਂ ਦੀਆਂ ਬੁੜੀਆਂ ਬਣੀਆਂ ਇਕੱਲੀਆਂ ਹੁੰਦੀਆਂ ਨੇ, ਉਹ ਚੱਲ ਗੇਟ ਗੁੱਟ ਖੋਲ੍ਹ ਦਿੰਦੀਆਂ ਨੇ, ਵੀ ਉਹਨਾਂ ਵਾਸਤੇ ਸਭ ਤੋਂ ਜ਼ਿਆਦਾ ਵੀਡੀਓ ਵੀ ਇਹਨਾਂ ਦੀਆਂ ਬੁੜੀਆਂ ਕੁੜੀਆਂ ਘਰੇ ਇਕੱਲੀਆਂ ਹੁੰਦੀਆਂ ਨੇ, ਵੀ ਉਹ ਆਪਦਾ ਕਿਵੇਂ ਸੇਫਟੀ ਰੱਖਣ ਹੈ ਨਾ। ਦੇਖੋ ਆਹ ਇੱਕ ਆਹ ਮੁੰਡੇ ਨਾਲੇ ਹੋ ਗਈ ਇਹ ਵਾਰਦਾਤ, ਤੁਸੀਂ ਦੇਖੋ ਵੀ ਹਾਲ ਤੱਕ ਨੋਰਮਲ ਹੈ। ਬੁੜੀਆਂ ਜਨਾਨੀਆਂ ਨਾਲ ਤਾਂ ਉਹਨਾਂ ਨੂੰ ਚਿਹੇੜ ਕਰਨੀ ਜਾਂ ਕੋਈ ਗੱਲਬਾਤ ਕਰਨੀ ਸੌਖੀ ਹੋਆ, ਜਦੋਂ ਐਡੇ ਵੱਡੇ ਨੌਜਵਾਨ ਮੁੰਡਾ ਹੈ, ਘੱਟੋ ਘੱਟ ਵੀ ਲੈ ਲਓ 24-25 ਸਾਲ ਦੀ ਉਮਰ ਹੈ ਜੀ, ਪੜ੍ਹਿਆ ਫੁੱਟ ਤਾਂ ਕਰ ਦੋ ਹੋਣਾ ਮੁੰਡਾ, ਪੜ੍ਹਿਆ ਲਿਖਿਆ ਮੁੰਡਾ, ਇਹਨੂੰ ਵੀ ਇਸ ਹਿਸਾਬ ਨਾਲ ਗੱਲਾਂ ਨਾਲ ਉਹ ਕਿਵੇਂ ਕਰੂਗਾ ਆਉਣਾ, ਬਾਕੀ ਅੱਗੇ ਦੇਖੂ ਨਾ। ਹਾਂ ਤੇ ਬਾਕੀ ਬਾਈ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਸਾਡਾ ਤਾਂ ਅਸੀਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਲੋਕ ਸਤਰਕ ਰਹਿਣ ਆਪਦਾ, ਹਨਾ। ਉਹ ਆ ਗਿਆ ਇੱਕ ਕੈਮਰੇ ਦੀ ਓਰੀਜਨਲ ਫੁਟੇਜ ਹੈ ਜੀ, ਉਹ ਆ ਗਿਆ ਉਹ ਦੇਖ। ਹਾਂ ਦੇਖੋ ਇਹ ਜਿਹੜਾ ਇਹ ਬੰਦਾ ਹੈ, ਇਹ ਸਾਧ ਹੈ ਨਾ, ਸਾਧ ਬਣ ਕੇ ਆ ਰਿਹਾ, ਸਾਧ ਦਾ ਪੇਸ ਲੈ ਰਿਹਾ ਬੰਦਾ, ਆ ਦੇਖੋ ਆ ਗਿਆ, ਥੋੜੀ ਉਮਰ ਦੀ ਇਹ। ਆ ਦੇਖੋ ਸਾਧ ਬਣ ਕੇ ਆ, ਹੁਣ ਇਹ ਕੋਲ ਆ ਗਿਆ, ਮੁੰਡਾ ਉਹਦਾ ਕੰਮ ਕਰਨ ਲੱਗ ਰਿਹਾ ਨਾ, ਇਹਨੂੰ ਬੁਲਾਇਆ ਉਹ ਲੱਗ ਗਿਆ ਠੁਰਦਾਰ ਨਾ। ਹਾਂ ਹਾਂ, ਹੋਰ ਉਹਨਾਂ ਨੂੰ ਗੱਲਾਂ ਚਲਾ ਰਿਹਾ, ਠੋਰ ਰਿਹਾ ਉਹ ਪੜੋਸਤਾ, ਸਿਰ ਪੜੋਸਤਾ ਮੁੰਡਾ ਉਹਦਾ, ਹੁਣ ਗੱਲਾਂ 'ਚ ਤੁਸੀਂ ਗੌਰ ਕਰਿਓ ਸਾਰੇ, ਗੱਲਾਂ 'ਚ ਕਿਵੇਂ ਵੀ ਪੜ੍ਹੇ ਲਿਖੇ ਬੰਦਿਆਂ ਨੂੰ ਵੀ ਇਹ ਉੱਲੂ ਬਣਾਉਂਦੇ ਨੇ, ਅਨਪੜ੍ਹ ਨੂੰ ਤਾਂ ਆਪਾਂ ਕਹਿ ਦੇ ਵੀ ਚਲੋ ਘੱਟ ਨੌਲੇਜ ਹੁੰਦੀ ਹੈ, ਵੀ ਜਿਹੜੇ ਪੜ੍ਹੇ ਲਿਖੇ ਸਮਝਦਾਰ ਲੋਕ ਨੇ ਬਾਹਰ ਆਉਂਦੇ ਜਾਂਦੇ ਨੇ। ਆ ਦੇਖਾ ਉਹ ਐਂ ਕਹਿ ਰਿਹਾ ਵੀ ਉੱਧਰ ਅੰਦਰ ਵਗ ਚਲੋ, ਕਹਿੰਦਾ ਉਰੀ ਬਹਿ ਜਾ, ਉਹ ਚੀਜ਼ ਹੈ, ਮੁੰਡਾ ਵੀ ਆਪਦੀ ਅਣ 'ਚ ਚਾਰ ਰਿਹਾ ਉਹਨੂੰ, ਵੀ ਆਪਾਂ ਤਾਂ ਘਰ ਦਾ ਭੇਜਿਆ ਤਾਂ ਬਾਈ, ਦੇਖ ਇਹਨੇ ਫੁੱਲ ਮੇਰੇ ਸਾਹਮਣੇ ਨਾਲ ਕੋਸ਼ਿਸ਼ ਕਰ ਰਿਹਾ, ਉਹ ਬੜਿਆ ਲਿਆ ਹਾਂ, ਕਿਹੜਾ ਤਾਂ ਉਹ ਟਾਲਣ ਦੀ ਕੋਸ਼ਿਸ਼ ਕਰੀ, ਪਰ ਉਹਨੇ ਗੱਲਾਂ ਹੀ ਜਿਹੜੀਆਂ ਅਲਝਾ ਲਿਆ ਆ ਦੇਖ, ਤਰ ਲਿਆ ਮੁੱਢ ਦੱਸ ਹੁਣ ਗੱਲਾਂ 'ਚ ਇਹਨੂੰ ਕੀ ਲੂ ਅੱਜ ਮਿਲ ਰਹੀ ਹੈ। ਆਹ ਦੇਖੀ ਹੁਣ ਦੇਖੀ ਬਾਈ ਲੱਗ ਰਿਹਾ ਹਲੇ ਵੀ ਇਹਨੂੰ ਦੱਸ ਰਿਹਾ ਵੀ ਹੈ ਨਾ, ਗੱਲਾਂ ਸਮਝਾ ਰਿਹਾ ਹੋਰ ਹੈ ਨਾ ਤਰੀਕੇ ਨਾਲ। ਆਹ ਦੇਖ ਬਾਈ, ਅਤੇ ਆਹ ਹੱਥ ਫੜ ਲਿਆ, ਹੱਥ ਦਾ ਕੀ ਕਾਰਨ ਹੈ, ਹੱਥ ਫੜ ਕੇ ਇਹ ਜਿਵੇਂ ਹੁਣ ਅੱਜ ਕੱਲ੍ਹ ਲੋਕ ਕੈਨੇਡਾ ਕਨੂਡਾ ਜਾ ਰਹੇ ਨੇ, ਐਵੇਂ ਭਾਗ ਜੇ ਸਾਰਾ ਦੱਸੂ ਹੈ ਸਿਸਟਮ, ਕੁਛ ਵੀ ਹੋ ਜੂਗਾ, ਜਾਂ ਤੇਰਾ ਕੰਮ 'ਚ ਵਰਖ ਹੋ ਜੂਗੀ, ਇੱਕ ਤਰ੍ਹਾਂ ਕੰਮ ਰੁਕ ਰਿਹਾ ਕੋਈ, ਅਰੇ ਕਾਹ 'ਚ ਦੇਖਣ ਲੱਗ ਰਿਹਾ, ਉਹ ਖੋਲ ਲਿਆ ਬੈਗ ਜਾਂਦਾ ਨਾ, ਕੀ ਚੀਜ਼ ਹੈ ਉਹ, ਟੋਕਰੀ ਪਤਾ ਨਹੀਂ ਕੀ ਕੱਢ ਰਿਹਾ, ਕੱਢੂਗਾ ਕੁਛ, ਆਹ ਦੇਖੋ ਬਾਈ ਕੁਛ ਕੱਢ ਰਿਹਾ, ਹੁਣ ਉਹਨੂੰ ਝਾਂਸੇ 'ਚ ਲੈ ਕੇ ਹੱਥ ਦੇਖ ਕੇ ਆਉਣ, ਪਤਾ ਨਹੀਂ ਕੀ ਕੱਢ ਰਿਹਾ, ਖਿੱਲਾ ਖੁੱਲਾ ਦਿੱਤੀਆਂ ਹੋਣੀਆਂ ਬਈ, ਜਿਵੇਂ ਵੀ ਬਾਬੇ ਦਾ ਪ੍ਰਸ਼ਾਦ ਹੈ ਵੀ ਖਾ ਲੈ, ਉਹਨੇ ਖਾ ਲਿਆ, ਕਿਉਂਕਿ ਅੱਜ ਕੱਲ੍ਹ ਲੋਕ ਧਰਮ ਦੀ ਕਰ ਦਿੰਦੇ ਨੇ, ਪੰਜਾਬੀ ਨੇ ਧਰਮ ਨੂੰ ਜ਼ਿਆਦਾ ਮੰਨਦੇ ਨੇ, ਵਿਸ਼ਵਾਸ ਕਰ ਰਹੇ, ਅਗਲਾ ਖਾ ਲੈਂਦਾ, ਊਂ ਆਪਾਂ ਆਪਣੀਆਂ ਬੁੜੀਆਂ ਕਹਿਣਗੇ ਵੀ ਬਾਹਰ ਤੋਂ ਕਿਸੇ ਤੋਂ ਫੜ ਕੇ ਨਾ ਕੁਛ ਖਾਈ, ਜੇ ਕੋਈ ਕਦੂ ਵੀ ਆ ਪ੍ਰਸ਼ਾਦ ਹੈ ਅਗਲਾ ਜਰਕਦੇ ਨੇ ਖਾ ਜਾਂਦਾ, ਉਹਨੂੰ ਪਤਾ ਹੈ ਇਹ ਵੱਗ ਗਿਆ, ਇਹ 11:26 ਤੇ ਗਿਆ ਨਾ, ਗੌਰ ਰੱਖੋ ਵੀ ਕਿੰਨੇ ਮਿੰਟ 'ਚ ਇਹਨੂੰ ਅਸਰ ਹੋ ਜਾਂਦਾ ਹੁੰਦੇ ਨੂੰ, ਹਾਂ ਦੇਖੋ ਲੱਗ ਗਿਆ ਕੰਮ ਕਰਨ, ਇਹਦੇ ਕੋਲ ਸਿਸਟਮ ਬਹੁਤ ਤੇਜ਼ ਹੁੰਦਾ ਬਾਈ, ਵੱਗ ਗਿਆ ਇਹ, ਟਾਈਮ ਨਹੀਂ ਲੱਗਦਾ ਹੁੰਦਾ ਜ਼ਿਆਦਾ, ਉਹ ਵੱਗ ਗਿਆ ਇਹ ਚੀਜ਼ਾਂ ਨੂੰ ਟਾਈਮ ਨਹੀਂ ਲੱਗਦਾ ਹੁੰਦਾ, ਅਸੀਂ ਲਪੇਟਦੇ ਨੇ ਬੰਦੇ ਨੂੰ, ਉਹ ਦੇਖ ਧਿਆਨ ਨਾਲ ਦੇਖੀ ਜਾਈਓ ਬਈ ਅੱਗੇ ਕਿਵੇਂ ਕੁਛ ਹੋਇਆ।
ਜਿਆਦਾ ਤੋਂ ਜਿਆਦਾ ਬਾਈ ਮੁਕਦੀ ਹੈ ਸ਼ੇਅਰ ਕਰੋ ਤੇ ਹੋਰ ਵੀ ਬੰਦੇ ਵੀਡੀਓ ਦੇਖ ਕੇ ਸਤਰਕ ਹੋ ਜਾਓ 100 ਸ਼ੇਅਰ ਫੜ ਲਿਆ ਉਹਨੇ ਆਉ ਦੇਖ ਸਿਰ ਫੜ ਲਿਆ ਅਰ ਕਿੰਨੀ ਸਿੱਧੀ ਅਸਰ ਕਰ ਗਿਆ ਉਹ ਸਿਰ ਫੜ ਲਿਆ ਤੇ ਹੁਣ ਦੁਬਾਰਾ ਕੰਮ ਦੇ ਲੱਗਾ ਵੀ ਚੱਲ ਕੋਈ ਨਾ ਧੁੱਪ ਦਾ ਪਕੜ ਕੇ ਲੱਗਦਾ ਨਾ ਬੰਦੇ ਨੂੰ ਅੱਧਾ ਮਿੰਟ ਹੋਇਆ ਜਾਂ ਨੂੰ ਹੈ ਅੱਧਾ ਵੀ ਨਹੀਂ ਹੋਇਆ ਦਵਾਈ ਉਹ ਤੇ ਜਰਾ ਕੀ ਪਤਾ ਯਾਰ ਕੀ ਪਾਉਂਦੇ ਹੁਣ ਅਗਲੇ ਨੇ ਕਿਹੜਾ ਮਤਲਬ ਹੈ ਵੀ ਬੱਚੇ ਚਾਹੇ ਬੰਦਾ ਮਰੇ ਚਾਹੇ ਬੱਚੇ ਹੁਣ ਆਪਾਂ ਕੀ ਉਹਨਾਂ ਐਵੇਂ ਆਪਦਾ ਕੰਮ ਬਣਨਾ ਚਾਹੀਦਾ ਵੀ ਸਾਡੇ ਪਾਸ ਹੁਣ ਮਰ ਜੇ ਇਹ ਮੁੰਡੇ ਨੂੰ ਆ ਗਿਆ ਪ੍ਰਸ਼ਾਦ ਹੈ ਪਤਾ ਨਾ ਲੱਗੇ ਗੇਟ ਜਿੱਥੇ ਬੇੜੀ ਜੀ ਖੜੀ ਆ ਸਾਹਮਣੇ ਗੇਟ ਹੈ ਗੇਟ ਚ ਚਮਕਦਾ ਵੀ ਆਪਾਂ ਨੂੰ ਸ਼ੈਤਾਨੀ ਕਰੀ ਜਾਂਦੀ ਬਈ ਇਹ ਜਿਹੜੀਆਂ ਚੋਰੀਆਂ ਉਹ ਬਹਿ ਗਿਆ ਦੇਖੋ ਬਾਈ ਧਿਆਨ ਨਾਲ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਨਾ ਲਗਾਤਾਰ ਇੱਧਰ ਨਗਲੇ ਵੀ ਹੋਈ ਹੈ ਕਣਕ ਵਾਲ ਵੀ ਹੋਈ ਹੈ ਮੇਰਾ ਖਿਆਲ ਸੰਗਤਪੁਰੇ ਵੀ ਹੋਈ ਹੈ ਇਹ ਲਗਾਤਾਰ ਜਿਹੜੀਆਂ ਚੋਰੀਆਂ ਹਾਂ ਇਹ ਇਹੀ ਬੰਦੇ ਨੇ ਬਾਈ ਦਿਨੇ ਆਉਂਦੇ ਨੇ ਇਹ ਉਹ ਖੜ ਗਿਆ ਦੇਖ ਬਾਕੀ ਬਾਈ ਪਹਿਲਾਂ ਤਾਂ ਰਾਤ ਨੂੰ ਨਹੀਂ ਤੇ ਹੁਣ ਤਾਂ ਦਿਨ ਦਿਹਾੜੇ ਚੱਕਦਾ ਕੰਮ ਦਿਨੇ ਆ ਬਾਈ ਦਿਨੇ ਵਰਤਨ ਨੀ ਪਹਿਲਾਂ ਜ਼ੋਰ ਦੀ ਕਰਦੇ ਸੀ ਉਹ ਫਿਰ ਬੈਠ ਗਏ ਬਸ ਕੰਟਰੋਲ ਹੁਣ ਕੰਟਰੋਲ ਲੱਗ ਗਿਆ ਕਰਨਾ ਆਹ ਵੀ ਹੋ ਗਿਆ ਤੇ ਉਹਦਾ ਕੰਟਰੋਲ ਵੱਧ ਗਿਆ ਜਾਦੇ ਹੈ ਉਹ ਡਿੱਗੂਆ ਮਲਾ ਦਾ ਚੱਕਰ ਹੋਣਾ ਤਾਂ ਹੀ ਪੁਰਾਣੀ ਆ ਤੋਂ ਬਾਈ ਮੌਕੇ ਦੀ ਵੀਡੀਓ ਹੈ ਚਲਦੀ ਜਲਦੀ ਨੂੰ ਮੜਾ ਸ਼ੇਅਰ ਕਰੀ ਚਲੋ ਆਪਦੇ ਰਿਸ਼ਤੇਦਾਰਾਂ ਤੱਕ ਵੀ ਹਨਾ ਵੀ ਲੋਕ ਵੀ ਸਤਰਕ ਰਹਿ ਜਾਣ ਬਾਈ ਕਿਸੇ ਦੇ ਵੀ ਦੇਖ ਰਹੇ ਹੋ ਫੇਸਬੁੱਕ ਯੂਟਿਊਬ ਕਿਸੇ ਦੇ ਵੀ ਦੇਖ ਰਹੇ ਹੋ ਸ਼ੇਅਰ ਕਰ ਦਿਓ ਬਾਈ ਵੜ ਕੇ ਹੋਰ ਬੰਦੇ ਪਹਿਲੀ ਟਾਈਮ ਤੋਂ ਪਹਿਲੀ ਉਹ ਡਿੱਗ ਗਿਆ ਤਾਂ ਉਹਦੇ ਚੱਕਰ ਆ ਗਿਆ ਚੱਕਰ ਆ ਗਿਆ ਚੱਕਰ ਆ ਗਿਆ ਦਾ ਲੱਤਾਂ ਦੀ ਲੱਖਣ ਹੁੰਦੀਆਂ ਨੇ ਜਮੀ ਦੇਖੀ ਐਂ ਡਿੱਗਿਆ ਵੀ ਜਿਵੇਂ ਬਸ ਬੰਦਾ ਪੂਰਾ ਹੋ ਗਿਆ ਹਨਾ ਪਰਮਾਤਮਾ ਬਚ ਗਿਆ ਹੋਵੇ ਬਾਈ ਜਿਹੜਾ ਹਨਾ ਪਤਾ ਨੀ ਯਾਰ ਇਹਦਾ ਮਗਰੂ ਬੇਚਾਰੇ ਦਾ ਨਾ ਕੈਮਰੇ ਚ ਪਤਾ ਲੱਗ ਗਿਆ ਚਾਰ ਪੰਜ ਮਿੰਟ ਦੇ ਅੰਦਰ ਅੰਦਰ ਕੰਮ ਕਰ ਨੀ ਪਤਾ ਕੀ ਚੱਕੇ ਦਿਖਾ ਦਿਖਾ ਆਹ ਹੁਣ ਅੰਦਰ ਨੂੰ ਜਾਵੇ ਹੋਰ ਵੀ ਕੱਲਾ ਹੁੰਦੇ ਨੇ ਪਰ ਬਾਹਰ ਹੋਣੇ ਚੋਰੀ ਡੰਗਰਾਂ ਦੀ ਚੋਰੀ ਹੋਣ ਲੱਗ ਗਈ ਜਿਹੜੇ ਵਿਚਾਰੇ ਨੇ ਪਤਾ ਨੀ ਕਿਵੇਂ ਦੁੱਧ ਪਾਉਂਦਾ ਹੋਊਗਾ ਨਾ ਢਿੱਡ ਬੰਨ ਕੇ ਲੈਤੀ ਹੋਊਗੀ ਸ਼ੇਅਰ ਕਰ ਦਿਓ।